ਮੈਟਰੋ ਵੈਨਕੂਵਰ ਵਿੱਚ ਇੱਕ ਵਾਰ ਮੁੜ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੋ ਜ਼ਖਮੀ ਹੋਏ ਨੇ, ਇੱਕ ਦੀ ਜਾਨ ਚਲੀ ਗਈ ਹੈ। 23 ਸਾਲਾ ਜਸਕੀਰਤ ਕਲਕੈਟ ਦੇ ਵਜੋਂ ਉਸ ਨੌਜਵਾਨ ਦੀ ਪਛਾਣ ਹੋਈ ਹੈ ਜਿਸ ਦੀ ਜਾਨ ਗਈ ਹੈ। ਉਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਤੇ ਇੱਕ ਔਰਤ ਦੇ ਵੀ ਗੋਲੀਆਂ ਲੱਗੀਆਂ ਨੇ। ਦਰਅਸਲ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਰਨਬੀ ਦੇ ਵਿੱਚ ਕੈਕਟਸ ਕਲੱਬ ਰੈਸਟੋਰੈਂਟ ਦੇ ਬਾਹਰ ਵੀਰਵਾਰ ਦੀ ਰਾਤ ਨੂੰ ਗੋਲੀਆਂ ਚੱਲੀਆਂ ਤੇ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਹਨਾਂ ਨੇ ਇਸ ਮੌਕੇ ਪਛਾਣ ਦੱਸੀ ਹੈ ਕਿ ਉਸ ਗੋਲੀਆਂ ਚੱਲਣ ਦੀ ਘਟਨਾ ਦੇ ਵਿੱਚ 23 ਸਾਲਾ ਜਸਕੀਰਤ ਕਲਕੈਟ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਆਂ ਚੱਲਣ ਦੇ ਇਸ ਮਾਮਲੇ ਦਾ ਸੰਬੰਧ ਗੈਂਗਵਾਰ ਦੇ ਨਾਲ ਹੈ ਤੇ 3 ਜਣਿਆਂ ਨੂੰ ਨਿਸ਼ਾਨਾ ਧਾਰ ਕੇ ਹੀ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੇ ਵਿੱਚ ਬਚਾ ਰਿਹਾ ਕਿ ਇੱਕ ਵਿਅਕਤੀ ਤੇ ਇੱਕ ਔਰਤ ਸੁਰੱਖਿਅਤ ਨੇ ਜੋ ਕਿ ਸਿਰਫ ਜ਼ਖਮੀ ਹੋਏ ਸੀ ਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪਰ ਇਸ ਮੌਕੇ ਇੱਕ 23 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਹੈ। RCMP ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਦੇ ਬਾਰੇ ਜਦੋਂ ਜਾਣਕਾਰੀ ਮਿਲੀ ਤਾਂ ਰਾਤ ਦੇ 8 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਕੈਕਟਸ ਕਲੱਬ ਦੇ ਬਾਹਰ ਗੋਲੀਆਂ ਚੱਲਣ ਦੇ ਬਾਰੇ ਦੱਸਿਆ ਗਿਆ। ਚਸ਼ਮਦੀਦਾ ਦਾ ਕਹਿਣਾ ਕਿ ਮੌਕੇ ਦੇ ਉੱਤੇ ਕਾਫੀ ਜ਼ਿਆਦਾ ਗੋਲੀਆਂ ਚੱਲੀਆਂ ਸੀ, ਜਿਨ੍ਹਾਂ ਦਾ ਕਹਿਣਾ ਕਿ ਦਰਜਨ ਤੋਂ ਵੱਧ ਵਾਰ ਹੋ ਸਕਦਾ ਕਿ ਉਹਨਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਈ-ਹਿੱਟ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਗੋਲੀਆਂ ਚੱਲਣ ਦੀ ਇਸ ਘਟਨਾ ਤੋਂ ਕਰੀਬ 1 ਘੰਟਾ ਬਾਅਦ ਸਰੀ ਦੇ ਵਿੱਚ ਇੱਕ ਗੱਡੀ ਜਲ ਰਹੀ ਮਿਲੀ, ਜਿਸ ਨੂੰ ਕਿ ਅੱਗ ਲਾ ਦਿੱਤੀ ਗਈ ਸੀ 185 ਬਲਾਕ ਤੇ 18 ਐਵੇਨਿਊ ਦੇ ਉੱਤੇ। ਇਸ ਮੌਕੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰੀ ਦੇ ਵਿੱਚ ਕਰੀਬ 1 ਘੰਟਾ ਬਾਅਦ ਜੋ ਗੱਡੀ ਜਲ ਰਹੀ ਮਿਲੀ ਹੈ ਉਸ ਦਾ ਸੰਬੰਧ ਗੋਲੀਆਂ ਚੱਲਣ ਦੀ ਘਟਨਾ ਦੇ ਨਾਲ ਹੋ ਸਕਦਾ ਜੋ ਕਿ ਬਰਨਬੀ ਦੇ ਵਿੱਚ ਚੱਲੀਆਂ। ਜਿਸ ਬਾਰੇ ਦੱਸਿਆ ਗਿਆ ਕਿ ਅਧਿਕਾਰੀਆਂ ਦਾ ਮੰਨਣਾ ਹੈ ਬਰਨਬੀ ਤੋਂ ਸਰੀ ਤੱਕ SUV ਗੱਡੀ ਜਿਸ ਨੂੰ ਅੱਗ ਲਾਈ ਗਈ ਸੀ ਤੇ ਘਟਨਾ ਦੇ ਨਾਲ ਵੀ ਗੋਲੀਆਂ ਚੱਲਣ ਦੇ ਨਾਲ ਉਸਦਾ ਸੰਬੰਧ ਹੋ ਸਕਦਾ। ਹਾਈਵੇ 91 ਹਾਈਵੇ 99 ਦੇ ਹੁੰਦੇ ਹੋਏ 16 ਐਵੇਨਿਊ ਦੇ ਰਾਹੀਂ ਸਰੀ ਦੇ ਵਿੱਚ ਪਹੁੰਚੀ, ਜਿਸ ਦੇ ਬਾਰੇ ਦੱਸਿਆ ਗਿਆ ਕਿ ਇਸ ਸਮੇਂ ਦੇ ਦੌਰਾਨ ਦੀ ਜੇਕਰ ਕਿਸੇ ਦੇ ਕੋਲ ਵੀ ਡੈਸ਼ ਕੈਮ ਫੁਟੇਜ ਹੋਵੇ ਤਾਂ ਅਧਿਕਾਰੀਆਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ।